ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਾਰਿਆਂ ਨੂੰ ਪਤਾ ਸੀ, ਲੱਖੇ ਬਾਈ ਨੇ ਇੱਕ ਐਲਾਨ ਕੀਤਾ ਸੀ ਕਿ ਆਪਾਂ 14 ਤਰੀਕ ਨੂੰ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਨ ਜਾ ਰਹੇ ਹਾਂ, ਅਤੇ ਅੱਜ ਉਹ ਸਮਾਂ ਆ ਚੁੱਕਿਆ ਆ ਅਤੇ ਆਪਾਂ ਖੜ੍ਹੇ ਤਲਵੰਡੀ ਸਾਬੋ ਵਿਖੇ। ਤੋ ਇਹ ਅੱਜ ਯਾਤਰਾ ਸ਼ੁਰੂ ਕਰਾਂਗੇ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਆਪਾਂ ਤੁਹਾਡੇ ਨੂੰ ਹਰ ਤਰ੍ਹਾਂ ਦੀ ਅਪਡੇਟ ਦਿੰਦੇ ਰਹਾਂਗੇ, ਕਿਹੜੇ ਕਿਹੜੇ ਪਿੰਡਾਂ 'ਚ ਹੋ ਕੇ ਆਪਾਂ ਜਾ ਰਹੇ ਹਾਂ ਸਾਰਾ ਕੁਝ ਤੁਹਾਨੂੰ ਦੱਸਾਂਗੇ। ਔਰ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਪੰਜਾਬ ਤੱਕ ਇਹ ਵੀਡੀਓ ਫੈਲ ਜਾਵੇ, ਸਾਰਿਆਂ ਨੂੰ ਪਤਾ ਲੱਗ ਜਾਵੇ ਕਿ ਆਪਣੀ ਯਾਤਰਾ ਸ਼ੁਰੂ ਹੋ ਚੁੱਕੀ ਆ, ਅਤੇ ਸਾਰਿਆਂ ਨੂੰ ਪਤਾ ਲੱਗੇ ਕਿ ਪੰਜਾਬ ਬਚਾਓ ਯਾਤਰਾ ਦਾ ਕੀ ਮਤਲਬ ਆ। ਸਾਡੇ ਪੰਜ ਦਰਿਆ ਜਿਹੜੇ ਵਗਦੇ ਉਹ ਤਾਂ ਸੁੱਕ ਚੁੱਕੇ, ਉਹਨਾਂ 'ਚ ਪਾਣੀ ਨਹੀਂ, ਪਰ ਜਿਹੜਾ ਨਸ਼ਿਆਂ ਦਾ ਛੇਵਾਂ ਦਰਿਆ ਵਗਦਾ ਉਹਨੇ ਸਾਡੀ ਨਸਲ ਨੂੰ ਖਤਮ ਕਰਨ 'ਤੇ ਤੁਲਿਆ ਹੋਇਆ ਆ। ਅਸੀਂ ਉਸ ਨੂੰ ਬਚਾਉਣ ਦੇ ਲਈ ਲੱਖੇ ਬਾਈ ਹੋਣਾ ਨੇ ਸਾਰਿਆਂ ਨੇ ਰਲ ਕੇ ਇਹ ਯਾਤਰਾ ਸ਼ੁਰੂ ਕੀਤੀ ਆ। ਪੰਜਾਬ ਦੇ ਹੋਰ ਵੀ ਬਹੁਤ ਮੁੱਦੇ ਨੇ, ਪਾਣੀ ਬਚਾਓ ਅਤੇ ਹੋਰ ਪੋਲੀਟੀਸ਼ਨਾਂ ਨੇ ਸਾਡੇ ਪੰਜਾਬ ਦਾ ਜੋ ਬੇੜਾ ਗਰਕ ਕਰਨਾ ਸ਼ੁਰੂ ਕੀਤਾ, ਉਹ ਬਚਾਉਣ ਲਈ ਅਸੀਂ ਤੁਰੇ ਹਾਂ। ਅਤੇ ਚਲੋ ਜੀ, ਮਿਲਦੇ ਹਾਂ ਰੋਡ ਦੇ ਉੱਤੇ। ਨਗਰ ਵਾਸੀਆਂ ਨੂੰ ਬੇਨਤੀ ਕਰਦਾ ਹੈ, ਅੱਜ ਜਿਹੜੀ ਪੰਜਾਬ ਬਚਾਓ ਯਾਤਰਾ, ਪੰਜਾਬ ਦੇ ਬੜੇ ਸਾਰੇ ਜਿਹੜੇ ਸਹੀਨ ਮੁੱਦੇ, ਬੜੇ ਹੀ ਜਿਹੜੇ ਪੰਜਾਬ ਦੇ ਮੁੱਦੇ ਲੈ ਕੇ ਲੱਖਾ ਸਿੰਘ ਸਿਧਾਣਾ ਅੱਜ ਪੰਜਾਬ ਬਚਾਓ ਯਾਤਰਾ ਜਿਹੜੀ ਸ਼ੁਰੂ ਕਰ ਚੁੱਕਿਆ। ਪੰਜਾਬੀ ਮਾਂ ਬੋਲੀ ਦਾ ਰਾਖਾ, ਅੱਜ ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਕਰੀਏ, ਅੱਜ ਪੰਜਾਬ ਦੀ ਗੱਲ ਕਰੀਏ, ਪਾਣੀਆਂ ਦੀ ਗੱਲ ਕਰੀਏ, ਅੱਜ ਪੰਜਾਬ ਦੇ ਜਿਹੜੇ ਇਤਿਹਾਸ ਦੀ ਗੱਲ ਕਰੀਏ, ਅੱਜ ਬਹੁਤ ਸਾਰੇ ਜਿਹੜੇ ਬਹੁਤ ਵੱਡਾ ਪੰਜਾਬ ਬਚਾਓ ਯਾਤਰਾ, ਪੰਜਾਬੀ ਦੀ ਗੱਲ ਕਰਨੀ ਹੈ, ਸਾਡੇ ਪਾਣੀਆਂ ਦੀ ਗੱਲ ਕਰਨੀ ਹੈ, ਅਤੇ ਸਾਡੀ ਧਰਤੀ ਦੀ, ਸਾਡੀ ਨੌਜਵਾਨੀ ਦੀ, ਚਿੱਟੇ ਨਾਲ ਮਰ ਰਹੇ ਨੌਜਵਾਨੀ ਦੀ ਗੱਲ ਕਰਨੀ ਹੈ। ਅਤੇ ਕਾਫਲਾ ਸਾਰੇ ਭਰਾ ਜਾਂਦੇ ਵੱਸਦੇ ਰਹਿਣ, ਟਰੈਕਟਰ ਟਰਾਲੀਆਂ ਨਾਲ ਹੀ ਲੈ ਕੇ ਅਸੀਂ ਚੱਲੇ ਹਾਂ, ਜਿੱਥੇ ਰਾਤ ਪੈਣੀ ਹੈ ਉੱਥੇ ਹੀ ਸੌ ਜਾਇਆ ਕਰਨਾ। ਅਤੇ ਯਾਤਰਾ ਦੇ ਵਿੱਚ ਪਹੁੰਚਣ ਵਾਲੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਵੱਡਾ ਲੰਬਾ ਕਾਫਲਾ ਹੈ, ਤਲਵੰਡੀ ਸਾਬੋ ਤੋਂ ਚੱਲਿਆਂਗੇ ਅਤੇ ਅੱਜ ਤਰੀਕ ਹੈ 14, 14 ਤਰੀਕ ਤੋਂ ਇਹ ਨਹੀਂ ਪਤਾ ਅੱਗੇ ਕਿੱਥੇ ਤੱਕ ਸਾਡੀ ਇਹ ਯਾਤਰਾ ਜਾਣੀ ਹੈ, ਕਿੰਨੇ ਤੇ ਸਾਲ ਲੱਗਣੇ ਆ ਜਾਂ ਕਿੰਨੇ ਮਹੀਨੇ ਲੱਗਣੇ ਆ। ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਅਤੇ ਤੁਸੀਂ ਦਰਸ਼ਨ ਕਰ ਸਕਦੇ ਹੋ। ਜਿਵੇਂ ਟਰੈਕਟਰ ਟਰਾਲੀਆਂ ਅਸੀਂ ਨਾਲ ਲੈ ਲਏ ਨੇ ਅਤੇ ਇਹਨਾਂ ਦੇ ਵਿੱਚ ਹੀ ਸੌਣਾ ਹੈ। ਇੱਥੇ ਜਿੱਥੇ ਬੈਠੇ ਲੋਕ ਜਿਨ੍ਹਾਂ ਨੂੰ ਪੰਜਾਬੀ ਦਾ ਕੋਈ ਸਮਝ ਨਹੀਂ, ਪੰਜਾਬ ਬਾਰੇ ਕੋਈ ਪਤਾ ਨਹੀਂ, ਪੰਜਾਬ ਦੀ ਧਰਤੀ ਖਿੱਤੇ ਵਾਲੇ ਇਤਿਹਾਸ ਬਾਰੇ ਕੋਈ ਪਤਾ ਨਹੀਂ, ਪਰ ਮੂਸੇ ਵਾਲਾ ਉਹਨਾਂ ਬੱਚਿਆਂ ਦੇ ਦਿਮਾਗ 'ਚ ਪੰਜਾਬੀ ਬੋਲੀ ਵੀ ਪਾ ਦਿੱਤਾ। ਇੱਥੋਂ ਆਏ ਬਾਹਰਲੇ ਮੁਲਕਾਂ ਤੋਂ ਆਉਂਦੇ ਆ ਲੋਕ ਇੱਥੇ ਮੱਥੇ ਟੇਕਣ ਦੇ ਸਮਾਜ ਦੇ ਉੱਤੇ, ਉਹ ਮਾਵਾਂ ਕਹਿੰਦੀਆਂ ਜਿਨ੍ਹਾਂ ਦੇ ਨਾਲ 8-10 ਸਾਲ ਦੇ ਬੱਚੇ ਹੁੰਦੇ ਆ ਕਿ ਸਾਡਾ ਜਵਾਕ ਮੂਸਿਆਂ ਨੂੰ ਦੇਖ ਕੇ ਪੱਗ ਬੰਨਣ ਲੱਗੇ, ਸਾਡੀ ਬੋਲੀ ਨੂੰ, ਸਾਡੀ ਪਹਿਚਾਣ ਨੂੰ, ਸਾਡੀ ਦਸਤਾਰ ਨੂੰ, ਉਹ ਬੰਦਾ ਦੁਨੀਆਂ ਦੇ ਕੋਨੇ ਕੋਨੇ 'ਚ ਰਹਿ ਗਿਆ। ਇਹੀ ਖਤਰਾ ਹੁੰਦਾ ਇਹਨਾਂ ਹਕੂਮਤਾਂ ਨੂੰ, ਇਹਨਾਂ ਸਟੇਟਾਂ ਨੂੰ, ਇਹਨਾਂ ਏਜੰਸੀਆਂ ਨੂੰ, ਇਸੇ ਕਰਕੇ ਉਹ ਬੰਦੇ ਮਰਵਾਏ ਜਾਂਦੇ ਆ, ਜਾਂ ਬੰਦੇ ਬਦਨਾਮ ਕੀਤੇ ਜਾਂਦੇ ਆ ਕਿਸੇ ਪ੍ਰਾਪੇਗੰਡੇ ਰਾਹੀਂ, ਤੇ ਜਾਂ ਬੰਦੇ UAPA NSA ਲਾ ਕੇ ਜੇਲ੍ਹਾਂ ਦੇ ਵਿੱਚ ਸੁੱਟ ਦਿੱਤੇ ਜਾਂਦੇ ਆ।